ਵੁਮੈਨਸ ਡੇ ਦੇ ਮੌਕੇ ਤੇ ਏਕ ਆਸ ਵੁਮੈਨ ਹੈਲਪਲਾਈਨ NGO ਵੱਲੋਂ ਲੁਧਿਆਣਾ ਸਥਿਤ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ 'ਚ ਕਾਮਯਾਬੀ ਹਾਸਲ ਕਰਨ ਵਾਲੀਆਂ 51 ਔਰਤਾਂ ਨੂੰ ਸੰਸਥਾ ਦੀ ਪ੍ਰਧਾਨ ਸਿੰਮੀ ਚੋਪੜਾ ਪਾਸ਼ਾਨ ਵੱਲੋਂ ਸਨਮਾਨਿਤ ਕੀਤਾ ਗਿਆ, ਜਿੱਥੇ ਮੁੱਖ ਮਹਿਮਾਨ ਦੇ ਰੂਪ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਪਹੁੰਚੇ। ਅੱਜ ਸਾਡੀ ਏਕ ਆਸ ਵਿਮੈਨ ਹੈਲਪਲਾਈਨ NGO ਦੀ ਤਰਫ ਤੋਂ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ 8 ਮਾਰਚ ਨੂੰ ਹੁੰਦਾ ਹੈਗਾ, ਉਹਦੇ ਸੰਬੰਧ ਵਿੱਚ ਅਸੀਂ ਮਾਰਚ ਦੇ ਫਸਟ ਵੀਕ ਦੇ ਵਿੱਚ ਹੀ ਹਮੇਸ਼ਾ ਮਹਿਲਾ ਦਿਵਸ ਸੈਲੀਬ੍ਰੇਟ ਕਰਦੇ ਹਾਂ। ਔਰ ਅੱਜ ਅਸੀਂ ਇਸ ਸ਼ੁਭ ਮੌਕੇ ਦੇ ਉੱਤੇ ਪਹਿਲਾਂ ਤਾਂ ਸਾਰੀਆਂ ਮਹਿਲਾਵਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੀ ਹਾਂ। ਔਰ ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਦੀ ਕਿ ਵੀ ਅਸੀਂ ਇਸ ਜਿਹੜਾ ਮਹਿਲਾ ਦਿਵਸ ਸੈਲੀਬ੍ਰੇਟ ਕਰਨ ਦਾ ਪਰਪਸ ਸਾਡਾ ਇਹ ਹੁੰਦਾ ਹੈ ਕਿ ਜਿਨ੍ਹਾਂ ਮਹਿਲਾਵਾਂ ਨੇ ਕੋਈ ਉਪਲਬਧੀਆਂ ਹਾਸਿਲ ਕੀਤੀਆਂ ਹੈਗੀਆਂ ਉਹਨਾਂ ਨੂੰ ਅਸੀਂ ਇਸ ਮੌਕੇ ਦੇ ਉੱਤੇ ਸਨਮਾਨਿਤ ਕਰਦੇ ਹੈਗੇ ਹਾਂ ਆਪਣੀ NGO ਦੀ ਤਰਫ। ਸਾਡੀ ਜੀ ਅਲੱਗ ਅਲੱਗ ਸਟ੍ਰੀਮਸ ਹੈਗੀਆਂ, ਡਾਕਟਰਸ ਹੈ, ਇੰਜੀਨੀਅਰਸ ਹੈ, ਐਜੂਕੇਸ਼ਨਿਸਟ ਹੈ, ਪੁਲਿਸ ਆਫਿਸਰਸ ਹੈ, ਐਡਮਿਨਿਸਟ੍ਰੇਸ਼ਨ ਦੇ ਹੈਗੇ ਆਫਿਸਰਸ, ਉਸ ਤੋਂ ਬਾਅਦ ਲਾਇਰਸ ਹੈ। ਫਿਰ ਉਸ ਤੋਂ ਬਾਅਦ ਸੈਕਿੰਡ ਸਾਡੀ ਸਟ੍ਰੀਮ ਜਿਹੜੀ ਐਂਟਰਪ੍ਰੀਨਰਸ ਦੀ ਹੁੰਦੀ ਹੈ, ਜਿਹਦੇ ਵਿੱਚ ਕਿ ਮਹਿਲਾਵਾਂ ਨੇ ਆਪਣੇ ਆਪ ਆਪਣੇ ਕੰਮ ਸ਼ੁਰੂ ਕੀਤੇ ਹੈ, ਚਾਹੇ ਉਹ ਬਿਊਟੀ ਪਾਰਲਰਸ ਹੋਣ ਜਾਂ ਉਹ ਬੁਟੀਕਸ ਹੋਣ ਜਾਂ ਉਹ ਕੋਈ ਬਲੌਗਰਸ ਹੈ, ਵਾਟ ਐਵਰ ਇਟ ਇਜ਼, ਜਿਹੜਾ ਵੀ ਕੰਮ ਉਹ ਕਰਦੇ ਹੈਗੇ ਆ ਔਰ ਉਹਨਾਂ ਨੇ ਆਪ ਕੰਮ ਸੈਟਅਪ ਕਰਕੇ ਉਪਲਬਧੀ ਹਾਸਿਲ ਕੀਤੀ ਹੈ, ਉਹਨਾਂ ਨੂੰ ਅਸੀਂ ਅੱਜ ਦੇ ਦਿਨ ਦੇ ਉੱਤੇ ਸਨਮਾਨਿਤ ਕਰਦੇ ਹਾਂ। ਅੱਜ ਅਸੀਂ 51 ਮਹਿਲਾਵਾਂ ਨੂੰ ਸਨਮਾਨ। ਇਸ ਮੌਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਦੇਖੋ, ਖਾਸ ਤੌਰ 'ਤੇ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਹੈ, ਸਾਡੇ ਖਾਸ ਤੌਰ 'ਤੇ ਇਹ ਖਾਸ ਵੂਮੈਨ ਜਿਹੜੀ ਹੈਲਪਲਾਈਨ ਆ, ਅੱਜ ਦੀ ਨਹੀਂ ਲਗਾਤਾਰ ਕਈ ਸਾਲਾਂ ਦੀ ਲੁਧਿਆਣੇ ਦੇ ਵਿੱਚ ਅਤੇ ਲੁਧਿਆਣੇ ਦੇ ਆਸ ਪਾਸ ਹਮੇਸ਼ਾ ਕੋਈ ਵੀ ਇਸ਼ੂ ਹੋਵੇ ਲੇਡੀਜ਼ ਦਾ, ਮਹਿਲਾਵਾਂ ਦਾ, ਸਾਡੀਆਂ ਭੈਣਾਂ ਦਾ, ਮਾਤਾਵਾਂ ਦਾ, ਇਹ ਇਸ਼ੂ ਇਹਨਾਂ ਨੇ ਸਿੰਮੀ ਪਛਾਣ ਜੀ ਸਾਡੇ ਇਹਨਾਂ ਦਾ ਪਰਿਵਾਰ ਸਾਰਾ ਜਿਹੜਾ ਇੱਕ ਇਹਨਾਂ ਦੀ ਟੀਮ ਆ ਮੂਹਰੇ ਹੋ ਕੇ ਹਮੇਸ਼ਾ ਚਾਹੇ ਪਰਿਵਾਰ 'ਚੋਂ ਕੁਛ ਆਪਣੇ ਸਭ ਕੁਛ ਸਮਰਪਿਤ ਕਰਤਾ ਇਹਨਾਂ ਨੇ, ਪਰ 24 ਘੰਟੇ ਉਹਨਾਂ ਦੀ ਸੇਵਾ 'ਚ ਹਾਜ਼ਰ ਨੇ ਵੁਮੈਨਸ ਡੇ ਦੇ ਲਈ ਖਾਸ ਤੌਰ 'ਤੇ, ਕਿਉਂਕਿ ਬਹੁਤ ਬੜਾ ਦਿਨ ਆ ਸਾਡੇ ਲਈ, ਬੜੀ ਵੱਡੀ ਦੇਣ ਆ ਸਾਡੀ, ਇਸ ਦਿਨ ਦੀ ਮਹੱਤਤਾ ਹੈ ਸਾਡੀ, ਅਤੇ ਮੈਨੂੰ ਅੱਜ ਮੌਕਾ ਮਿਲਿਆ ਇਹਨਾਂ ਦੇ ਵਿੱਚ ਆਉਣ ਦਾ, ਮੈਨੂੰ ਇਹਨਾਂ ਨੇ ਬੁਲਾਇਆ, ਵਾਕਈ ਦਿਲੋਂ ਖੁਸ਼ੀ ਹੈ, ਕਿਉਂਕਿ ਸਾਡੀ ਮਾਂ ਵੀ ਇੱਕ ਮਹਿਲਾ ਹੈ, ਸਾਡੀ ਭੈਣ ਵੀ ਇੱਕ ਮਹਿਲਾ ਹੈ, ਅਤੇ ਸਾਡੀ ਧਰਮ ਪਤਨੀ, ਸਾਡੀ ਵਾਈਫ, ਉਹ ਵੀ ਮਹਿਲਾ ਹੈ, ਅਤੇ ਇਸ ਕਰਕੇ ਇਹਨਾਂ ਤੋਂ ਵੱਡੀ ਦੇਣ ਸਮਾਜ ਲਈ ਕਿਸੇ ਦੀ ਨਹੀਂ ਹੋ ਸਕਦੀ, ਅਤੇ ਮੈਂ ਸਮਝਦਾ ਇਹਨਾਂ ਦੇ ਆਸ਼ੀਰਵਾਦ ਨਾਲ, ਇਹਨਾਂ ਦੀ ਕਿਰਪਾ ਨਾਲ, ਜਿੰਨੇ ਵੀ ਅਸੀਂ ਮੇਲ ਪੁਰਸ਼ ਇਹਨਾਂ ਦੇ ਸਿਰਾਂ 'ਤੇ ਤੋਂ ਉੜੇ ਫਿਰਦੇ ਹਾਂ, ਇਹਨਾਂ ਦੇ ਆਸ਼ੀਰਵਾਦ ਨਾਲ ਉੜੇ ਫਿਰਦੇ ਹਾਂ, ਅਤੇ ਆਸ ਰੱਖਦੇ ਹਾਂ ਇਹ ਇਸੇ ਤਰੀਕੇ ਨਾਲ ਜਿਹੜੀ ਹੈਲਪਲਾਈਨ ਆ ਇਹ ਕੰਮ ਕਰਦੀ ਰਹੇਗੀ ਅਤੇ ਸਮਾਜ ਦੇ ਵਿੱਚ ਨਾਮਣਾ ਖੱਟਦੀ ਰਹੇਗੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।